ਗੁੱਡ ਮਾਰਨਿੰਗ ਪਿਆਰੇ ਬੱਚਿਓ 7ਵੀਂ ਕਲਾਸ ਅੱਜ ਮੈਂ ਤੁਹਾਨੂੰ ਤੁਹਾਡਾ ਪਾਠ 16 ਖੇਤਰੀ ਸੱਭਿਆਚਾਰ ਦਾ ਵਿਕਾਸ ਸਮਝਾਉਂਗੀ ਬਟੇ ਇਹ ਜਿਹੜੀ ਸ਼ੀਟ ਹੈ ਆਪਾਂ ਨੂੰ ਸਟੇਟ ਟੀਮ ਵੱਲੋਂ ਮਿਲੀ ਸੀ ਜਿਨ੍ਹਾਂ ਦੇ ਤਿਆਰ ਕਰਤਾ ਹਨ ਹਰਵੰਸ لال ਸਰ ਤੇ ਪਰਚੋਲ ਕਰਤਾ ਹਨ ਰਣਜੀਤ ਕੌਰ मैम ਉਹਨਾਂ ਦੀ ਦਿੱਤੀ ਸ਼ੀਟ ਦੀ ਹੈਲਪ ਦੇ ਨਾਲ ਮੈਂ ਤੁਹਾਨੂੰ ਕੁਐਸਚਨ ਆਨਸਰਸ ਦੱਸ ਰਹੀ ਹਾਂ ਤਾਂ ਕਿ ਤੁਹਾਨੂੰ ਇਹ ਜਲਦੀ ਯਾਦ ਹੋ ਜਾਵੇ ਪਹਿਲਾ ਪ੍ਰਸ਼ਨ ਹੈ ਮੱਧਕਾਲੀਨ ਯੁੱਗ ਵਿੱਚ ਉੱਤਰੀ ਭਾਰਤ ਦੀਆਂ ਵਿੱਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ਮੱਧਕਾਲੀਨ ਯੁੱਗ ਵਿੱਚ ਉੱਤਰੀ ਭਾਰਤ ਵਿੱਚ ਗੁਜਰਾਤੀ ਬੰਗਾਲੀ ਅਤੇ ਮਰਾਠੀ ਆਦ ਭਾਸ਼ਾਵਾਂ ਦਾ ਬਹੁਤ ਵਿਕਾਸ ਹੋਇਆ ਦੂਜਾ ਪ੍ਰਸ਼ਨ ਦਿੱਲੀ ਸਲਤਨਤ ਕਾਲ ਦੌਰਾਨ ਖੇਤਰੀ ਭਾਸ਼ਾਵਾਂ ਦਾ ਵਿਕਾਸ ਕਿਉਂ ਹੋਇਆ ਸੀ ਦਿੱਲੀ ਸਲਤਨਤ ਕਾਲ ਦੌਰਾਨ ਭਗਤੀ ਲਹਿਰ ਦੇ ਕਾਰਨ ਹਿੰਦੀ ਗੁਜਰਾਤੀ ਮਰਾਠੀ ਤੇਲਗੂ ਤਾਮਿਲ ਪੰਜਾਬੀ ਅਤੇ ਕੰਨੜ ਆਧ ਪਾਸ਼ਾਵਾ ਦਾ ਬਹੁਤ ਵਿਕਾਸ ਹੋਇਆ ਸੰਤਾਂ ਨੇ ਲੋਕਾਂ ਨੂੰ ਉਹਨਾਂ ਦੀਆਂ ਖੇਤਰੀ ਪਾਸ਼ਾਵਾਂ ਵਿੱਚ ਉਪਦੇਸ਼ ਦਿੱਤੇ ਉਸ ਸਮੇਂ ਬਹੁਤ ਸਾਰੀਆਂ ਧਾਰਮਿਕ ਪੁਸਤਕਾਵਾਂ ਪੁਸਤਕਾਂ ਦਾ ਸੰਸਕ੍ਰਿਤ ਭਾਸ਼ਾ ਤੋਂ ਪਿੰਨ-ਪਿੰਨ ਖੇਤਰੀ ਪਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਤੀਸਰਾ ਪ੍ਰਸ਼ਨ ਹੈ ਪੰਜਾਬੀ ਸਾਇਦ ਦਾ ਮੋਢੀ ਜਾਂ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ ਸ਼ੇਖ ਫਰੀਦ ਜੀ ਨੂੰ ਚੌਥਾ ਪ੍ਰਸ਼ਨ ਪਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ 39 ਵਾਰਾਂ ਦੀ ਪੰਜਾਬੀ ਪਾਸ਼ਾ ਦੇ ਪ੍ਰਸਿੱਧ ਚਾਰ ਕਵੀਆਂ ਦੇ ਨਾਂ ਲਿਖੋ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ ਉਹ ਹਨ ਸ਼ਾਹ ਹੁਸੈਨ ਬੁੱਲੇ ਸ਼ਾ ਦਮੋਦਰ ਅਤੇ ਵਾਰਿਸ ਸ਼ਾ। 6ਵਾਂ ਪ੍ਰਸ਼ਨ ਆਦ ਗ੍ਰੰਥ ਸਾਹਿਬ ਜੀ ਦਾ ਸੰਖੇਪ ਵਰਣਨ ਕਰੋ। ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਆਦ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਇਸ ਗ੍ਰੰਥ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ, ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਬਾਅਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਇਸ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ। ਇਸ ਤੋਂ ਇਲਾਵਾ ਇਸ ਵਿੱਚ ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਅਤੇ ਕੁਝ ਭੱਟਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ। ਅੱਗੇ ਹੈ ਆਪਣਾ ਅਭਿਆਸ ਡੈਸ਼ ਦੁਆਰਾ ਗੀਤ ਗੋਬਿੰਦ ਲਿਖਿਆ ਗਿਆ ਸੀ ਜੈਦੇਵ ਡੈਸ਼ ਦੁਆਰਾ 1604 ਈਸਵੀ ਵਿੱਚ ਆਦ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਡੈਸ਼ ਦੁਆਰਾ ਪ੍ਰਿਥਵੀ ਰਾਜ ਰਾਸੋਂ ਲਿਖੀ ਗਈ ਸੀ ਚੰਦ ਵਰਦਾਈ ਕ੍ਰਿਸ਼ਨ ਰਾਏ ਸੰਸਕ੍ਰਿਤ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਸਿੱਧ ਡੈਸ਼ ਸੀ ਕਵੀ ਅਮੀਰ ਖੁਸਰੋ ਇੱਕ ਮਹਾਨ ਡੈਸ਼ ਅਤੇ ਡੈਸ਼ ਸੀ ਸੰਗੀਤਕਾਰ ਅਤੇ ਕਵੀ ਸਹੀ ਗਲਤ ਚੁਣੋ ਬੇਟੇ ਦਿੱਲੀ ਸਲਤਨਤ ਕਾਲ ਵਿੱਚ ਰਾਮਾਨুজ ਅਤੇ ਜੈਦੇਵ ਸੰਸਕ੍ਰਿਤ ਪਾਸ਼ਾ ਦੇ ਪ੍ਰਸਿੱਧ ਲੇਖਕ ਸਨ ਗਲਤ ਅਬੁਲ ਫਜ਼ਲ ਨੇ ਆਇਨ-ਏ-ਅਕਬਰੀ ਨਹੀਂ ਲਿਖੀ ਸੀ ਗਲਤ ਤਾਨਸੇਨ ਅਕਬਰ ਦੇ ਦਰਬਾਰ ਦਾ ਪ੍ਰਸਿੱਧ ਗਾਇਕ ਸੀ ਸਹੀ ਮੁਹੰਮਦ ਤੁਗਲਕ ਦਾ ਚਿੱਤਰ ਮੱਧਕਾਲੀਨ ਚਿੱਤਰਕਲਾ ਦਾ ਇੱਕ ਪ੍ਰਸਿੱਧ ਨਮੂਨਾ ਹੈ ਸਹੀ ਰਾਜਪੂਤ ਕਾਲ ਦੌਰਾਨ ਸੰਗੀਤ ਦਾ ਵਿਕਾਸ ਨਹੀਂ ਹੋਇਆ ਸੀ ਇਹ ਗਲਤ ਹੈ ਅੱਗੇ ਮੈਚਿੰਗ ਕਰਨੀ ਹੈ ਜੋੜ ਬਣਾਓ ਜੈਦੇਵ ਗੀਤ ਗੋਬਿੰਦ ਕਲਹਨ ਰਾਜ ਤਿਰੰਗਣੀ ਬਿਲਹਨ ਵਿਕਰਮਾਂਕ ਦੇਵ ਚਰਿਤ ਅਬੁਲ ਫਜ਼ਲ ਆਇਨੇ ਅਕਬਰੀ ਔਰੰਗਜੇਬ ਫਤਵਾਏ ਆਲਮਗਿਰੀ ਇਹ ਤੁਹਾਡਾ ਅੱਜ ਦਾ ਕੰਮ ਹੈ ਬੇਟੇ ਤੁਸੀਂ ਇਹਨਾਂ ਕੁਐਸਚਨਸ ਨੂੰ ਲਿਖ ਕੇ ਆਪਦੀ ਕਾਪੀਸ ਤੇ ਅਭਿਆਸ ਨੂੰ ਵੀ ਲਿਖ ਕੇ ਇਹਨੂੰ ਅੱਜ ਯਾਦ ਕਰਨਾ ਹੈ ਥੈਂਕ ਯੂ ਆਲ ਆਫ ਯੂ ਬੇਟਾ